ਜੈਸੀਆ ਠੀਕ ਹੈ ਅੱਲਾ ਦੇ ਫਜ਼ਲ ਨਾਲ ਅੱਲਾ ਦੇ ਕਰਮ ਨਾਲ ਅੱਜ ਦਾ ਵਲੌਗ ਕਰਨੇ ਪਿਆ ਸਟਾਰਟ ਸਭ ਤੋਂ ਪਹਿਲੇ ਤਾਂ ਮੈਂ ਤਮਾਮ ਵਿਵਰਸ ਦਾ ਤਮਾਮ ਸਬਸਕ੍ਰਾਈਬਰ ਜਿਹਨਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਅਤੇ ਮਾਸ਼ਾ ਅੱਲਾ 400 ਸਬਸਕ੍ਰਾਈਬਰ ਮੁਕੰਮਲ ਥੀ ਗਏ ਅਤੇ ਇਨਸ਼ਾ ਅੱਲਾ ਅਗਰ ਤੁਹਾਡੀ ਸਪੋਰਟ ਰਹੀ ਬਹੁਤ ਜਲਦ ਸਾਡਾ ਚੈਨਲ ਮੋਨੀਟਾਈਜ਼ ਥੀ ਵੇ ਜੀ ਤਾਂ ਤੁਸੀਂ ਵੀਡੀਓ ਨੂੰ ਲਾਈਕ ਕੀਤਾ ਕਰੋ ਅਤੇ ਕਮੈਂਟ ਕੀਤੇ ਕਰੋ ਉਸ ਤੋਂ ਇਲਾਵਾ ਜਿਵੇਂ ਤੁਸੀਂ ਇਜ਼ਹਾਰ ਕਰੇ ਸੋ ਮੈਂ ਇੱਕ ਕਿਊ ਐਨ ਏ ਵੀਡੀਓ ਬਣਾ ਕੇ ਤੁਹਾਡੇ ਉਹਨਾਂ ਕਮੈਂਟ ਦਾ ਜਵਾਬ ਲਾਜ਼ਮੀ ਦੇਸਾਂ ਚੈਨਲ ਕੋ ਆਪਣੇ ਦੋਸਤਾਂ ਕੋਲੋਂ ਹੀ ਸਬਸਕ੍ਰਾਈਬ ਕਰਾਇਆ ਕਰੋ ਕਿਉਂਕਿ ਇਹ ਚੈਨਲ ਦੇ ਉੱਤੇ ਨੀਲੂ ਸਮਾਂ ਫਨਕਾਰ ਆ ਚੁੱਕੇ ਜਨਾਬ ਅੱਜ ਸਵੇਰ ਨਾਲ ਸੁਬਹ ਮੈਂ ਇੱਕ ਵਾਰ ਰਿਪੋਰਟ ਮਿਲੀ ਹੈ ਕਿ ਇਸੇ ਵਾਲੀ ਪੁਲ ਦੇ ਸਾਡੇ ਵਸੇ ਵਿੱਚ ਸਾਡੇ ਇਲਾਕੇ 'ਚ ਇੱਕ ਅਜੀਬ ਗਰੀਬ ਕਾਰਨਾਮਾ ਥੀ ਗਏ ਕਾਰਨਾਮੇ ਦੇ ਬਾਰੇ ਮੇਰੇ ਕੋਈ ਕੋਈ ਪਤਾ ਕਹਿ ਨਹੀਂ ਤਾਂ ਠੀਕ ਹੈ ਅੱਜ ਚੱਲ ਕੇ ਆਪਣੀ ਇਸ ਵਾਲੀ ਪੁਲ ਵਿਜ਼ਿਟ ਕਰਨੇ ਹੈ ਅਤੇ ਤੁਹਾਨੂੰ ਕਾਰਨਾਮਾ ਹੀ ਦਿਖੇ ਨੇ ਬਈ ਕਿਆ ਕਾਰਨਾਮਾ ਠੀਕ ਹੈ ਇੱਕ ਸੱਚਾ ਪਾਕਿਸਤਾਨੀ ਹੈ ਉਹ ਕਿਆ ਕਾਰਨਾਮਾ ਸਰ ਅੰਜਾਮ ਦਿੱਤੇ ਠੀਕ ਹੈ ਤਾਂ ਮੇਰੀ ਤਰਫ ਤੋਂ ਤਮਾਮ ਦੇਖਣ ਵਾਲੇ ਪਾਕਿਸਤਾਨੀਆਂ ਕੋ ਆਜ਼ਾਦੀ ਮੁਬਾਰਕ ਕਾਬੂ ਥੀ ਵਿਆ ਉਹ ਆਇਆ ਪਏ ਵੇ ਜਨਾਬ ਇਹ ਵੇ ਜਨਾਬ ਉਹ ਚੀਜ਼ ਅਸਲਾਮ ਵਾਲੇਕੁਮ ਕੀ ਹਾਲ ਹੈ ਜਨਾਬ ਠੀਕ ਹੋ ਇਹ ਕਦਣ ਬਣਵਾਈ ਵੇ ਹੁਣ ਬਣਵਾਇਆ ਵੇ ਮਾਸ਼ਾ ਅੱਲਾ ਚੌਕਾ ਖਰਚਾ ਠੀਕ ਹੈ 5000 ਜੀਓ ਜੀਓ ਹਾਂ ਵਾਲ ਤੇਰੇ ਦੇ ਸਾਰੇ ਆਉਂਦਾ ਵਾਲ ਉਹਨਾਂ ਦਾ ਰੰਗ ਤੇ ਦੋ ਡੱਬੇ ਮੁੱਕ ਗਏ ਉਹਦੇ ਦੋ ਬੰਦੇ ਬੇਹੋਸ਼ ਸੀ ਗਏ ਨਾ ਉਹ ਕਿਆ ਵਜ੍ਹਾ ਅੱਛਾ ਯਾਨੀ ਇਹ ਪੇਂਟ ਕਰਦੇ ਦੋ ਬੰਦੇ ਬੇਹੋਸ਼ ਸੀ ਗਏ ਬਹਰਹਾਲ ਸ਼ਹਿ ਬੜੇ ਜ਼ੋਰ ਦੀ ਬਣ ਗਈ ਹੈ ਅਤੇ ਇਹ ਸਹੀ ਸਾਡੇ ਆਪਣੇ ਇਲਾਕੇ 'ਚ ਸਾਡੇ ਵਸੇ ਵਿੱਚ ਈਸੇ ਵਾਲੀ ਪੁਲ ਦੇ ਮੌਜੂਦ ਹੈ ਇਹਨਾਂ ਦੀ ਆਪਣੀ ਪੰਚਰਾਂ ਦੀ ਦੁਕਾਨ ਹੈ ਜੈ ਮੇੜ ਨਾ ਹੋਏ ਆ ਕੇ ਮਿਲ ਸਕਦੇ ਅਸਲਾਮ ਅਲੈਕੁਮ ਭਾਈ ਐਸਾ ਹੀ ਬੋਲ ਸਕਦੇ ਹੈ ਜੀ ਹਾਂ ਜੀ ਹਾਂ ਬੋਲ ਸਕਦੇ ਵੇ ਕਿਉਂ ਨਹੀਂ ਬੋਲ ਸਕਦੇ ਜੀ ਹਾਂ ਇਹ ਜਿਹੜਾ ਸਾਡਾ ਵਿਰਾ ਬੈਠੇ ਨਾ ਜੀ ਹਾਂ ਮੇਰੇ ਹਿਸਾਬ ਨਾਲ ਸੱਚਾ ਪਾਕਿਸਤਾਨ ਜੀ ਹਾਂ ਬਿਲਕੁਲ ਡੂ ਡੂ ਡਿਜ਼ਾਈਨ ਬਣਵਾਇਆ ਮਾਸ਼ਾ ਅੱਲਾ ਸਿਆਤ ਦੇ ਵੇ ਤੂੰ ਕਹੀਂ ਬਣਵਾਓ ਭਾਈ ਅਗਰ ਸਾਡੇ ਵਾਲ ਹੀ ਹੁੰਦੇ ਨਾ ਸਹੀ ਮੈਂ ਬਣਵਾਉਂ ਇਨਸ਼ਾ ਕੌਣ ਬਣਵਾ ਲਿਓ ਬੜਾ ਸੋਹਣਾ ਲੱਗਦੀ ਹੁਣ ਨਹੀਂ ਬਣ ਪਾਕਿਸਤਾਨ ਆਜ਼ਾਦੀ ਮੁਬਾਰਕ ਖੈਰ ਨਾ ਭਾਈ